ਮੇਰੇ ਕਈ ਸਾਲਾਂ ਤੋਂ 20-25 ਸਾਲ ਤੋਂ ਪੁਰਾਣੀ ਬਵਾਸੀਰ ਦੀ ਪ੍ਰੋਬਲਮ ਸੀ। ਡਾਕਟਰਾਂ ਨੇ ਕਿਹਾ ਵੀ ਇਹ ਫਿਸਟਲਾ ਦਾ ਸ਼ੱਕ ਪਾਇਆ ਸਾਨੂੰ। ਦਿਖਾਉਣ ਤੋਂ ਬਾਅਦ ਡਾਕਟਰ ਸਾਹਿਬ ਨੇ ਸਾਡਾ ਲੇਜ਼ਰ ਨਾਲ ਓਪਰੇਟ ਕੀਤਾ। ਉਸ ਤੋਂ ਬਾਅਦ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਚੰਦਰ ਕੰਬੋਜ, ਪਿੰਡ ਟਾਹਲੀ ਵਾਲਾ ਬੋਦਲਾ, ਡਿਸਟ੍ਰਿਕਟ ਫਾਜ਼ਿਲਕਾ। ਮੇਰੇ ਕਈ ਸਾਲਾਂ ਤੋਂ 20-25 ਸਾਲ ਤੋਂ ਪੁਰਾਣੀ ਬਵਾਸੀਰ ਦੀ ਪ੍ਰੋਬਲਮ ਸੀ, ਜੋ ਹੁਣ ਥੱਲੇ ਵੀ ਮੇਰੇ ਨਲਾਂ 'ਚ ਵੀ ਰੇਸ਼ਾ ਪੈ ਗਿਆ ਸੀਗਾ। ਡਾਕਟਰਾਂ ਨੇ ਕਿਹਾ ਵੀ ਇਹ ਫਿਸਟਲਾ ਦਾ ਸ਼ੱਕ ਪਾਇਆ ਸਾਨੂੰ। ਅਸੀਂ ਇੱਥੇ ਸਟਾਰ ਹੋਸਪਿਟਲ 'ਚ ਸਾਨੂੰ ਡਾਕਟਰ ਹਰੀਸ਼ ਕੰਬੋਜ ਲੈ ਕੇ ਆਏ। ਉਹਨਾਂ ਨੇ ਡਾਕਟਰ ਜਸਬੀਰ ਸਿੰਘ ਨੂੰ ਦਿਖਾਇਆ। ਦਿਖਾਉਣ ਤੋਂ ਬਾਅਦ ਡਾਕਟਰ ਸਾਹਿਬ ਨੇ ਸਾਡਾ ਲੇਜ਼ਰ ਨਾਲ ਓਪਰੇਟ ਕੀਤਾ। ਓਪਰੇਟ ਕਰਨ ਤੋਂ ਬਾਅਦ 21/9/2023 ਨੂੰ ਸਾਡਾ ਓਪਰੇਟ ਕਰਿਆ। ਓਪਰੇਟ ਕਰਨ ਤੋਂ ਬਾਅਦ ਸ਼ਾਮ ਨੂੰ ਹੀ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਵੀ ਡਿਸਚਾਰਜ ਕਰਤਾ। ਪਰ ਅਸੀਂ ਇੱਕ ਰਾਤ ਰੁਕੇ ਹਾਂ ਇੱਥੇ। ਸਾਡਾ ਸਫ਼ਰ ਜ਼ਿਆਦਾ ਹੋਣ ਕਰਕੇ ਅਸੀਂ 22/9/2023 ਨੂੰ ਵਾਪਸ ਘਰ ਚਲੇ ਗਏ। ਉਸ ਤੋਂ ਬਾਅਦ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਜਿਹੜਾ ਓਪਰੇਟ ਹੋਇਆ, ਓਪਰੇਟ ਕੋਈ ਟਾਂਕਾ ਨਹੀਂ, ਕੋਈ ਚੀਰਾ ਨਹੀਂ, ਬਿਲਕੁਲ ਜ਼ਖਮ ਨਹੀਂ ਬਣਿਆ, ਅਸੀਂ ਬਿਲਕੁਲ ਸਹੀ ਹਾਂ। ਓਪਰੇਟ ਜਿਹੜਾ ਡਾਕਟਰ ਸਾਹਿਬ ਨੇ ਕਰਿਆ, ਲੇਜ਼ਰ ਨਾਲ ਕਰਿਆ, ਉਹਦੇ ਨਾਲ ਕੋਈ ਕੱਟ, ਕੋਈ ਚੀਰਾ ਨਹੀਂ, ਕੋਈ ਟਾਂਕਾ ਨਹੀਂ। ਓਪਰੇਟ ਬਹੁਤ ਵਧੀਆ ਹੋਇਆ। ਓਪਰੇਟ ਤੋਂ ਬਾਅਦ ਅਸੀਂ ਬਿਲਕੁਲ ਸਹੀ ਹਾਂ। ਇੱਥੋਂ ਦਾ ਸਟਾਫ ਔਰ ਡਾਕਟਰ ਸਾਹਿਬ ਦਾ ਸੁਭਾਅ ਬਹੁਤ ਵਧੀਆ ਹੈ। ਕਿਸੇ ਵੀਰ ਨੂੰ ਇਹ ਪ੍ਰੋਬਲਮ ਹੈ ਤਾਂ ਇੱਥੇ ਸਟਾਰ ਹੋਸਪਿਟਲ ਜਲੰਧਰ ਵਿਜ਼ਿਟ ਕਰੋ ਔਰ ਆ ਕੇ ਦਿਖਾਓ। ਇੱਥੋਂ ਦਾ ਇਲਾਜ 'ਤੇ ਅਸੀਂ ਬਹੁਤ ਖੁਸ਼ ਹਾਂ। ਡਾਕਟਰ ਸਾਹਿਬ ਦਾ ਅਤੇ ਸਟਾਫ ਦਾ ਸੁਭਾਅ ਵੀ ਬਹੁਤ ਵਧੀਆ ਹੈ। ਥੈਂਕ ਯੂ।